ਸਭੇਛਾਂ ਪੂਰੀਆਂ ਸਭੇਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕੋ ਬਲਿਹਾਰਾ ਸੁਣੋ ਬਿਨੋ ਸੁਣੋ ਬਿਨੋ ਚਰਨ ਕਮਲ ਵਸੇ ਮੇਰੇ ਚੀਤ ਚਰਨ ਵਸ ਜਾਣ ਉਹਦੀ ਤਾਕਤ ਤੁਹਾਡੇ ਅੰਦਰ ਆ ਜਾਂਦੀ ਬਲ ਆ ਜਾਂਦਾ ਮੇਰੇ ਵਾਸਤੇ ਵੀ ਆਪਣੇ ਵਾਸਤੇ ਵੀ ਅੰਦਰੋਂ ਮੰਗੇ ਹੋ ਸੋਨਾ ਬਿਨੋ ਸੋਨਾ ਬਿਨੋ ਪ੍ਰਭ ਮੇਰੇ ਦਰਸ਼ਨ ਦੇਖ ਜੀਵਾ ਗੁਰੇ
अपनी शरण अपनी किनू कह रहे हो कलगियां वाले बाजा वाले सारी संगत ते कृपा करो अपनी शरण राख प्रभ प्रसाद के नेर ले जाते गुरु प्रसाद के नेर ले जाते सुन बिना प्रभु के दे Right.
ਹਾਂ ਬਲਿਹਾਰੀ ਸਤਿਗੁਰ ਚਰਨਾ ਹਰ ਹਰ ਚਰਨ ਰਵੇ ਉਰਧਾਰੇ ਸ਼ਿਵ ਸੁਆਮੀ ਸਤਿਗੁਰੂ ਆਪਣਾ ਕਾਰੀ ਸਵਲ ਹਮਾਰੇ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਚਰਨ ਕਮਲ ਸੇਉ ਲਾਗੇ ਪ੍ਰੀਤ ਹਰੇ ਮੰਗੋ ਚਰਨ ਗੁਰੂ ਗੋਬਿੰਦ ਸਿੰਘ ਜੀ ਅੱਜ ਦੋਵੇਂ ਮੁੱਖਾਂ ਖੋਲ ਦਿਓ ਚਰਨ ਕਮਲ ਸਿਉਂ ਲਾਗੇ ਪ੍ਰੀ 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 ਭਗਤ ਕਰੋ ਪ੍ਰਭ ਕੀ ਨਿਤ ਨੀਤ ਨਿਤ ਨੀਤ ਨਿਤ ਨੀਤ ਚਰਨ ਕਮਲ ਸਿਉਂ ਲਾਗੇ ਪ੍ਰੀਤ ਸੁਣ ਬਿਨਾ ਪ੍ਰਭ ਮੇਤ ਸੁਣ ਬਿਨਾ ਪ੍ਰਭ ਮੇਰੇ ਨੀਤ ਚਰਨ ਕਮਲ ਵਸੇ ਚਰਨ ਕਮਲ ਵਸੇ ਚਰਨ ਕਮਲ ਵਸੇ ਚਰਨ ਕਮਲ ਵਸੇ ਵਸੇ ਮੇਰੇ ਚੀਤਾ ਵਸੇ ਮੇਰੇ ਚੀਤਾ ਵਸੇ ਮੇਰੇ ਵਸੇ ਮੇਰੇ ਚੀਤਾ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਪ੍ਰਕਰਨ ਦਇਆ ਦਾ ਮਹਾਰਾਜ ਜੀ ਸੇਵਾ ਲੈ ਰਹੇ ਨੇ ਅੱਜ ਪੰਜਵੀਂ ਦਇਆ ਦੀ ਵਾਰੀ ਹੈ ਸਤਿਗੁਰੂ ਸੇਵਾ ਲੈਣ ਪਹਿਲੇ ਦੋ ਮਿੰਟ ਸ਼ਬਦ ਦਾ ਰਸ ਐਸਾ ਗੁਰ ਐਸਾ ਗੁਰ ਵੱਡ ਪਾਈ ਐਸਾ ਗੁਰ ਫੂਲ ਮਾਰਗ ਜਿਨੇ ਬਤਾਇਆ ਫੂਲ ਮਾਰਗ ਜਿਨੇ ਬਤਾਇਆ ਕਰੋ ਲੋਕ ਮੋ ਮਨ ਲੀਨਾ ਬੰਧਨ
سُكَرِتْ جَنَّمْ وَنَ مُوَا چَرْنَ كَمَنْ مُنْدِيَا سِرَامَ دِيَا عَدْنَ سَاسِرْ بُوٹِتْ سُسْمَرَا بَاپَتْرْ سَتْتْرْ وسن والے داتا اس گرو گوبند سنگھ جی دے پیار وچ گج کے آکھو ستنام چت کردا ہے بانی پڑی جائیے جاپ ہوئی جاوے پرمان لگی جان سواں تھوڑا کھچ پا دیندا ہے لیٹ کر کے ایک دیا دا پر کرن آپ جی سرون کر رہے ہو اج پنجویں دیا دی واری ہے مہاراج جی سیوا لین کئی نویں آئے ہوندے نے پہلیاں چار دیا کیول بول کے تواڈے رائی کسے نو شریر دا سکھ ملے تن کجیا جائے بھکھے دا پیٹ بھر جائے کسے نو ودیا دی پراپتی ہو جائے یہ پہلی دیا ہے دوسری دیا ہے مایا نہیں لگدی بولاں چ دیا تیرے لفظاں چ دیا تن نہیں بھی تیرے کول تاں بھی کوئی گل نہیں بولاں چ دیا تے تیسری دیا ہے کوئی تن کر کے روگی ہے یا تن کر کے دکھی ہے ਉਹਦੇ ਤੇ ਦਇਆ ਔਰ ਕਿੱਡੀ ਕਮਾਲ ਦੀ ਗੱਲ ਏ ਸਾਡੇ ਵਰਗਾ ਕੋਈ ਪ੍ਰਚਾਰਕ ਸਟੇਜ ਤੋਂ ਬੋਲ ਕੇ ਸੁਣਾ ਦੇਗਾ ਗੁਰੂ ਤੁਹਾਡਾ ਏਡਾ ਵੱਡਾ ਕਿ ਉਹਨੇ ਕਰਕੇ ਵਿਖਾਇਆ ਪਿਪਲੀ ਸਾਹਿਬ ਆਪ ਬਜ਼ੁਰਗਾਂ ਦੀਆਂ ਲੱਤਾਂ ਘੁੱਟੀਆਂ ਆਪ ਪੱਖਾ ਚੱਲਿਆ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਗੁਰੂ ਅਰਜਨ ਦੇਵ ਜੀ ਨੇ ਆਪ ਕੋੜਖਾਨੇ ਕੋੜੀਆਂ ਦੇ ਸਾਧ ਸੰਗਤ ਮਲਮ ਪੱਟੀ ਰੋਜ਼ ਕਰ ਲਈ ਕੋਈ ਤਨ ਕਰਕੇ ਰੋਗੀ ਜਾਂ ਦੁਖੀ ਇਹ ਤੀਸਰੀ ਦਇਆ ਹੈ ਉਹਦੇ ਲਈ ਜੀਵਨ ਦਾ ਸਮਾਂ ਬਖਸ਼ ਦੇਣਾ ਕਈਆਂ ਦੇ ਘਰ ਬੱਚਾ ਮਗੌਲ ਹੁੰਦਾ ਦਿਮਾਗ ਲੋ ਘੱਟ ਜਾਂ ਘਰ ਦਾ ਕੋਈ ਜੀਵ ਦਿਮਾਗ ਕਰਕੇ ਅਪਸੈਟ ਹੋ ਗਿਆ ਜੇ ਆਪਣੇ 24 ਘੰਟਿਆਂ ਚੋਂ ਅੱਧਾ ਘੰਟਾ ਉਹਦੇ ਤੇ ਵੀ ਲੱਗਦਾ ਤੇ ਹੈ ਉਹ ਵੀ ਸੇਵਾ ਹੈ ਆਪੋ ਸਤਨਾਮ ਉਹ ਵੀ ਸੇਵਾ
ਕਈ ਵਾਰੀ ਬੰਦਾ ਬਾਹਰ ਸੇਵਾ ਕਰਦਾ ਆਪਣਾ ਘਰ ਭੁੱਲ ਜਾਂਦਾ ਕੋਈ ਸੇਵਾ ਬਾਹਰ ਵੀ ਕਰ ਸਾਧਨ ਨੇ ਮੈਂਟਲ ਹਸਪੀਟਲ ਵਿੱਚ ਜਿੱਥੇ ਸਾਰੇ ਦਿਮਾਗ ਤੋਂ ਹੀ ਮੈਂਟਲ ਨੇ ਅਪਸੈਟ ਨੇ ਕਈਆਂ ਨੇ ਜ਼ਿੰਦਗੀ ਉੱਥੇ ਲਾਈ ਹੋਈ ਹੈ ਵੀ ਉੱਥੋਂ ਦੀ ਸਫਾਈ ਉੱਥੋਂ ਦਾ ਆਲਾ ਦੁਆਲਾ ਬੜੀ ਵੱਡੀ ਬਾਤ ਹੈ ਤੀਸਰੀ ਦਇਆ ਚੌਥੀ ਦਇਆ ਕਮਾਲ ਦੀ ਜਿਹੜੀ ਪਿਛਲੇ ਵੀਰਵਾਰ ਆਪਣੇ ਸਰਵਨ ਕੀਤੀ ਚੌਥੀ ਦਇਆ ਹੈ ਸਤ ਸੰਗਤ ਕਿਸੇ ਦੇ ਪੜਦੇ ਗਜਦੇ ਗਜ ਕੇ ਆਖੋ ਸਤਿਨਾਮ ਕਿਸੇ ਦੇ ਪੜਦੇ ਗਜਦੇ ਨੰਗੇ ਨਾ ਕਰਦੇ ਓਹੋ ਕੁਝ ਪ੍ਰਮਾਣ ਦਲੀਲਾਂ ਆਪ ਜੀ ਨੇ ਪਿਛਲੇ ਵੀਰਵਾਰ ਸਰਵਨ ਕੀਤੀਆਂ ਇਹ ਚੌਥੀ ਦਇਆ ਕਿਸੇ ਦੇ ਪੜਦੇ ਗਏ ਖਲੇਰੇ ਨਾ ਪੜਨੇ ਜਿਤਨੇ ਵੀਰਵਾਰ ਆਉਂਦੇ ਹੋ ਇੱਕ ਇਨਕਲਾਬ ਲਿਆਓ ਜੇ ਦਿਹਾੜੀ ਵਿੱਚ 50 ਫੋਨ ਕਰਦੇ ਹੋ 40 ਕਰਦੇ ਹੋ 60 ਫੋਨ ਕਰਦੇ ਹੋ ਤੇ ਚੈੱਕ ਕਰੋ ਤੁਹਾਡੇ ਫੋਨ ਇਹੋ ਜਿਹੇ ਨਾ ਹੋਣ ਕਿ ਜਿਹਨਾਂ ਫੋਨਾਂ ਤੇ 40-40 ਮਿੰਟ ਨਿੰਦਿਆ ਹੁੰਦੀ ਰਹਿੰਦੀ ਚੈੱਕ ਕਰੋ ਆਪਣੇ ਆਪ 2 ਦੀ ਪੁਆਇੰਟ ਫਤਿਹ ਬੁਲਾਣੀ ਕੰਮ ਦੀ ਗੱਲ ਜ਼ਰੂਰੀ ਹੈ ਦੁਨੀਆਦਾਰੀ 'ਚ ਚੱਲਣਾ ਕਈ ਵਾਰੀ ਫੋਨਾਂ ਦੇ ਉੱਤੇ ਕਈ ਕਈ ਮਿੰਟ ਸਾਡੀ ਉਹ ਸੜਕ ਨਹੀਂ ਤਾਂ ਸੰਗਤ ਕਰਨ ਦਾ ਲਾਭ ਹੈ ਜਦੋਂ ਕਿਸੇ ਦੀ ਨਿੰਦਿਆ ਕਰੋਗੇ ਪੜਦੇ ਨੰਗੇ ਹੋਣਗੇ ਹਕੋ ਸਤਨਾਮ ਜਿਵੇਂ ਕਿਸੇ ਬਰਤਨ ਵਿੱਚ ਨਿਕਾ ਜਿਹਾ ਛੇਕ ਹੋਵੇ ਤੇ ਪਾਣੀ ਚਲੋ 2-3 ਘੰਟੇ ਬਾਅਦ ਖਤਮ ਹੋਏਗਾ ਤੇ ਕਿਸੇ ਬਰਤਨ ਦਾ ਥੱਲਾ ਹੀ ਲਾ ਦਈਏ ਪਾਣੀ ਇੱਕ ਮਿੰਟ ਚ ਖਾ ਫੋਨਾਂ ਤੇ ਨਿੰਦਿਆ ਚੁਗਲੀ ਇਤਨਾ ਕਿ ਜਿਵੇਂ ਕਿਸੇ ਬਰਤਨ ਦਾ ਥੱਲਾ ਹੀ ਲਾ ਦਿੱਤਾ ਤੂੰ ਜਿੰਨਾ ਕੁ ਜਪਿਆ ਜਿੰਨਾ ਕੁ ਧਿਆਇਆ ਉਹ ਸਾਰਾ ਸਪੀਡ ਤੇ ਡੁੱਲਦਾ ਇਹ ਚੌਥੀ ਦਇਆ ਕਿਸੇ ਦੇ ਪੜਦੇ ਗਜਣੇ ਗਜ ਕੇ ਆਖੋ ਸਤਨਾਮ ਆਓ ਅੱਜ 5ਵੀਂ ਦਇਆ ਦੀ ਵਾਰੀ ਹੈ ਭਾਈ ਵਾਹਿਗੁਰੂ ਸਿੰਘ ਜੀ ਪ੍ਰੇਮ ਸਿੰਘ ਜੀ ਹੋਰ ਰੂਹਾਂ ਨੂੰ ਸਭ ਨੂੰ ਜੀ ਆਇਆਂ ਨੂੰ ਟਿਕਾਓ ਬਖਸ਼ਿਓ 10-12 ਮਿੰਟ 5ਵੀਂ ਦਇਆ ਅੱਜ ਮਹਾਰਾਜ ਸੇਵਾ ਲੈਣ ਜਿਨੇ ਦਾਤਾਂ ਦਿੱਤੀਆਂ ਐਸਾ ਗੁਰ ਵੱਡ ਭਾਗੀ ਐਸਾ ਮਾਰਗ ਜਿਵੇਂ ਬਤਾਇਆ ਉਲੇ ਮਾਰਗ
سارے گج کے آخو ستنام پھر آخو ستنام پنجویں دیا کمال دی ہے تن کجنا اپنی جگہ بھوکے دا پیٹ بھرنا اپنی جگہ کسے نو ودیا پڑھاونی اپنی جگہ کسے نو سٹینڈ کرنا اپنی جگہ پر پنجویں دیا بہت اچھی ہے پنجویں دیا ماں پرش دس دے سی کہندے کسے ٹوٹے ہوئے نو گرو نال جوڑ دے گج کے آخو ستنام یہ بھی دیا ہے کسے ٹوٹے نو گرو نال جوڑ دے ہوں اتے ایک گل نو فیل نہ کرنا وہ دھیان رکھنا جے واہگرو یہ سیوا لوے کسے ٹوٹے نو جوڑن دی کہندے گل تاں تھائیں پئے گی کہ جوڑن والا پہلے آپ جوڑیا ہوئے آپو ساتھ بڑی بڑی بات ہے انہوں آپ بھوک لگتی ہوئے آپ رس جگیا ہو سنت گربچن سنگھ خالسا پنڈر والے مہاپرشان کا بچن نے کہندے سی جوڑے جھاڑنی بھی بہت بڑی سیوا ہے جھاڑو دینا بھی بڑی سیوا ہے برتن مانجنے بھی بڑی سیوا ہے یہ ساریاں ہی سیوا ستکار یوگ پر کہندے سی جے کہیے وڈی سیوا سب تو تے سب تو وڈی سیوا پانچ پیاریاں چ شامل ہونا تے جیون ہونا تے دوجی سب تو وڈی سیوا کہ ترتی تے جنم لے کے کسے ٹوٹے نو گرو نانک نال جوڑ دے اے وڈی آپ جوڑو یہ دیوے جگاؤ پھر یہ کوئی دوجے بندے نہ کھڑے بابا نند سنگھ جی مطلب پیار جتوں تک کہہ دیں سی کہندے جے کسے ٹوٹے نو جوڑ دیویں پاویں تو پھل دی اچھا نہ رکھ ਤੂੰ ਫਲ ਦੀ ਇੱਛਾ ਨਾ ਰੱਖ ਪਰ ਪਿਆਰ ਚ ਕਹਿ ਦਿੰਦੇ ਸੀ ਕਹਿੰਦੇ ਗੁਰੂ ਨਾਨਕ ਆਪਣੀ ਕਿਰਪਾ ਕਰਕੇ ਜੇ ਕੋਈ ਟੁੱਟੇ ਨੂੰ ਜੋੜ ਦੇਵੇ 10% ਤੇਰੇ ਖਾਤੇ ਚ ਪਾਈ ਜਾਵੇ ਆਪਣੀ ਉਹ ਕਿਰਪਾ ਦੇ ਖਾਤੇ ਤੂੰ ਇਸ ਇੱਛਾ ਨਾਲ ਨਾ ਜੋੜੀ 10% ਮੈਨੂੰ ਮਿਲੇ ਉਹ ਪਿਆਰ ਚ ਆਖਦੇ ਸੀ ਕਹਿੰਦੇ ਸੀ ਉਹ ਆਪਣੀ ਮਿਹਰ ਕਰਦੇ ਨਦਰ ਕਰਕੇ یہ پنجویں دیا کسے ٹوٹے نو جوڑ دینا تسی اگے جیکر سنیا بھی بابا ایشر سنگھ جی کلیراں والے مہاپرش کلکتے گئے 7 دن دیوان لگے ਦਵਾਨਾਂ ਵਿੱਚ ਇੰਨਾ ਰਸ ਸੀ ਇੰਨਾ ਰਸ ਸੀ ਕਿ ਜਿਵੇਂ ਆਕਾਸ਼ ਵਿੱਚੋਂ ਨਾ ਅੰਮ੍ਰਿਤ ਚੋਂਦਾ ਹੈ ਮਹਾਂਪੁਰਸ਼ ਕਰਨੀ ਕਮਾਈ ਵਾਲਾ ਸਟੇਜ 'ਤੇ ਬੈਠਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਹੈ ਵੱਡਾ ਪੀੜਾ ਹਾਜ਼ਰ ਨਾਜ਼ਰ ਉਹਨਾਂ ਦੀ ਮਰਿਆਦਾ ਵਾ ਪੂਰੀ ਸਭ ਸੁਣਨ ਵਾਲੇ ਸਰੋਤੇ ਅਤੇ ਉਹ ਰਸ ਵਰਸਦਾ ਸੀ ਸੱਤਵਾਂ ਦਿਨ ਸੀ ਅਤੇ ਜਿਵੇਂ ਕਲਕੱਤੇ ਦੇ ਜਿਹੜੇ ਪ੍ਰੋਗਰਾਮ ਕਰਾ ਰਹੇ ਸੀ ਨਾ ਉਹਨਾਂ ਨੂੰ 7ਵੇਂ ਦਿਨ ਇੰਝ ਲੱਗਦਾ ਸੀ ਕਿ ਅੱਜ ਕੁਝ ਗੁਆ ਜਾਣਾ ਅੱਜ ਕੁਝ ਚਲਾ ਜਾਣਾ
ਕੀ ਕਰਾਂਗੇ ਇਹ ਵੀ ਕੰਦਰਲੀ ਤੜਪ ਹੈ ਜਿਹੜਾ ਤੁਹਾਡੇ ਚੋਂ ਕੋਈ ਸਮਝ ਸਕਦੇ ਉਹਨਾਂ ਨੇ ਸਲਾਹ ਕੀਤੀ ਵੀ ਚਲੋ ਮਹਾਂਪੁਰਸ਼ਾਂ ਨੂੰ ਬੇਨਤੀ ਕਰੀਏ ਬਾਬਾ ਈਸ਼ਰ ਸਿੰਘ ਜੀ ਨੂੰ ਵੀ ਦੋ ਤਿੰਨ ਦਿਨ ਹੋਰ ਦੇ ਦੇਣ ਕਈ ਵਾਰੀ ਫਿਰ ਖੀਰ ਤੇ ਬੇਨਤੀ ਉਹ ਜਦੋਂ ਸਲਾਹ ਕੀਤੀ ਵੀ ਕਵੇ ਕੌਣ ਤੇ ਵੱਡਾ ਟਰਾਂਸਪੋਰਟਰ ਸੀ ਬਖਸ਼ੀ ਸਿੰਘ ਟਰਾਂਸਪੋਰਟਾਂ ਦਾ ਹੈੱਡ ਉਹ ਕਹਿੰਦਾ ਜੀ ਇਹ ਮੇਰੇ ਤੇ ਛੱਡ ਦਿਓ ਜਦੋਂ ਬਾਬਾ ਜੀ ਨੇ ਕਥਾ ਸਮਾਪਤ ਕੀਤੀ ਬਾਬਾ ਈਸ਼ਰ ਸਿੰਘ ਜੀ ਨੇ ਤੇ ਇਹ ਜਿਵੇਂ ਸੰਗਤ ਬੈਠੀ ਨਾ ਤੇ ਵਿੱਚੋਂ ਉੱਠ ਪਿਆ ਸਾਰੀ ਸੰਗਤ ਜੀ ਉੱਠ ਪਿਆ ਉੱਠ ਕੇ ਉਹਨੇ ਝਾਕਾ ਲਾਤਾ ਤੇ ਆਉਂ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਸੱਤ ਦਿਨ ਬੜਾ ਅੰਮ੍ਰਿਤ ਵਰਸਿਆ ਬੜਾ ਰਸ ਆਇਆ ਸਾਰੇ ਪ੍ਰਬੰਧਕਾਂ ਦੀ ਬੇਨਤੀ ਹੈ ਦੋ ਤਿੰਨ ਦਿਨ ਸਮਾਂ ਹੋਰ ਦਿਓ ਬਾਬਾ ਜੀ ਕਹਿਣ ਲੱਗੇ ਬਾਬਾ ਈਸ਼ਰ ਸਿੰਘ ਜੀ ਭਾਈ ਹੈ ਤੇ ਔਖਾ ਕੰਮ ਕਿਉਂ ਅੱਗੋਂ ਸਮੇਂ ਦਿੱਤੇ ਹੁੰਦੇ ਹੈ ਤੇ ਔਖਾ ਪਰ ਜੇ ਤੁਸੀਂ ਪੂਰਾ ਮਨ ਬਣਾਇਆ ਵੀ ਦੋ ਤਿੰਨ ਦਿਨ ਹੋਰ ਤੇ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਸਰ ਥੋੜੀ ਭੇਟਾ ਲੱਗੇਗੀ ਇਹ ਲਫ਼ਜ਼ ਲਿਖੇ ਨੇ ਕਿ ਜਿਹੜਾ ਬਖਸ਼ੀ ਸਿੰਘ ਟਰਾਂਸਪੋਰਟਰ ਖੜਾ ਹੋਇਆ ਸੀ ਨਾ ਚੰਗਾ ਤਗੜਾ ਕਿਰਪਾ ਸੀ ਕਿੰਨੇ ਟਰੱਕ ਕਿੰਨੇ ਟਰਾਂਸਪੋਰਟਰ ਹੈੱਡ ਸੀ ਜਦੋਂ ਉਹਨਾਂ ਨੇ ਕਿਹਾ ਕੋਈ ਭੇਟਾ ਲੱਗੇਗੀ ਤੇ ਆਪਣੇ ਮਨ 'ਚ ਹੀ ਸੋਚਿਆ ਕੋਈ ਸਕੂਲ ਚੱਲਦੇ ਹੋਣੇ ਆ ਕੋਈ ਹਸਪਤਾਲ ਚੱਲਦੇ ਹੋਣੇ ਮਹਾਂਪੁਰਸ਼ਾਂ ਦੇ ਕੋਈ ਕਾਰ ਸੇਵਾ ਕੋਈ ਹੋਰ ਕਾਰਜ ਚੱਲ ਰਹੇ ਹੋਣੇ ਤੇ ਬਹੁਤਾ ਕਹਿਣਗੇ ਸੇਵਾ ਭੇਟਾ ਦਾ ਤੇ 50,000 ਦੇ ਦਾਂਗੇ ਸੋਚਿਆ ਤੇ ਬਾਬਾ ਈਸ਼ਰ ਸਿੰਘ ਜੀ ਸਟੇਜ ਤੇ ਬੈਠੇ ਬੈਠੇ ਕਹਿੰਦੇ ਬਖਸ਼ੀ ਸਿਆਂ ਜਿੰਨੀ ਭੇਟਾ ਤੂੰ ਸੋਚੀ ਹੈ ਥੋੜੀ ਹੈ ਕਹਿੰਦੇ ਮੈਂ ਤਾਂ ਬੋਲਿਆ ਹੀ ਨੀ ਮੈਂ ਤੇ ਬੋਲਣ ਚ ਲਿਆਂਦਾ ਹੀ ਨਹੀਂ ਮੈਂ ਤਾਂ ਫੁਰਨਾ ਹੀ ਬਣਾਇਆ 50,000 ਦਾ ਮੈਂ ਤੇ ਬੋਲਿਆ ਹੀ ਨਹੀਂ ਵੀ ਕੀ ਕਹਿ ਰਹੇ ਜਿਹੜੀ ਭੇਟਾ ਸੋਚੀ ਥੋੜੀ ਹੈ ਤੇ ਮਨ ਜੀ ਕਹਿੰਦਾ ਕਹਿੰਦਾ ਚੱਲ ਕੀ ਯਾਦ ਕਰਨਗੇ ਦੁੱਗਣੀ ਕਰ ਦਿਆਂਗੇ ਆਪਣੇ ਮਨ ਚ ਸੋਚਿਆ ਵੀ 50 ਨੂੰ ਦੁੱਗਣਾ ਕਰ ਦਾਂਗੇ ਲੱਖ ਤੇ ਸਟੇਜ ਤੇ ਬੈਠੇ ਹੀ ਮਹਾਂਪੁਰਸ਼ ਕਹਿੰਦੇ ਬਖਸ਼ੀ ਸਿਆਂ ਭਾਵੇਂ ਤੂੰ ਦੂਣੀ ਕਰਦੀ ਏ ਪਰ ਤਾਂ ਵੀ ਥੋੜੀ ਏ ਕਹਿੰਦਾ ਮੈਂ ਤਾਂ ਬੋਲਿਆ ਹੀ ਨਹੀਂ ਮੈਂ ਤੇ ਅੰਦਰ ਹੀ ਸੋਚਿਆ ਦੂਣੀ ਕਰਦੇ ਆਂ ਕਹਿੰਦਾ ਮਹਾਂਪੁਰਸ਼ੋ ਵੀ ਮੈਂ ਸੋਚਿਆ ਭੇਟਾ ਮੈਂ ਸੋਚਿਆ ਦੁੱਗਣੀ ਫਿਰ ਹੁਣ ਤੁਸੀਂ ਦੱਸ ਦਿਓ ਕਿੰਨੀ ਭੇਟਾ ਹਾਏ ਆਹ ਵੱਡੀ ਬਾਜ ਬਾਬਾ ਈਸ਼ਰ ਸਿੰਘ ਜੀ ਭਰੀ ਸੰਗਤ ਚ ਕਹਿੰਦੇ ਦੋ ਤਿੰਨ ਦਿਨ ਕਹਿੰਦੇ ਹੋਰ ਦੀਵਾਨ ਆਪਾਂ 4 ਦਿਨ ਦੀਵਾਨ ਲਾਵਾਂਗੇ ਬਖਸ਼ੀ ਸਿਆਂ ਆਹ ਭੇਟਾ ਦੇ ਦੇ ਆਹ ਭੇਟਾ ਦੇ ਦੇ ਕਿ ਜਿਹੜਾ ਖੀਰਲੇ ਦਿਨ ਅੰਮ੍ਰਿਤ ਸੰਚਾਰ ਹੋਣਾ ਤੂੰ ਅੰਮ੍ਰਿਤ ਛੱਕ ਕੇ ਤੇ ਗੁਰੂ ਵਾਲਾ ਬਣ ਜਾ ਜਿਨ੍ਹਾਂ ਸੰਗੀਆਂ ਨੇ ਉਹ ਸਮਾਂ ਵੇਖਿਆ ਕਹਿੰਦੇ ਉਹ ਬਖਸ਼ੀ ਸਿੰਘ ਫੁੱਟ ਫੁੱਟ ਰੋ ਪਿਆ ਕਹਿੰਦਾ ਜੀ ਸਾਰੇ ਮਹਾਂਪੁਰਸ਼ ਸਤਿਕਾਰਯੋਗ ਨੇ ਪਰ ਅੱਜ ਤੱਕ ਕੋਈ ਵੀ ਆਇਆ ਉਹਦੀ ਅੱਖ ਮੇਰੀ ਮਾਇਆ ਤੇ ਰਹੀ ਏ ਤੁਸੀਂ ਪਹਿਲੇ ਮਹਾਂਪੁਰਸ਼ ਹੋ ਜਿਨ੍ਹਾਂ ਨੇ ਮੇਰੇ ਜੀਵਨ ਤੇ ਅੱਖ ਰੱਖੀ ਜੀਵਨ ਜਿਹੜੇ ਅੰਕੜੇ ਮਿਲਦੇ ਨੇ ਅੰਕੜੇ ਕਹਿੰਦੇ 2800 ਦੇ ਕਰੀਬ ਕਿਉਂਕਿ ਉਹਦਾ ਪ੍ਰਭਾਵ ਬੜਾ ਸੀ ਜਿੰਨੇ ਅੱਗੋਂ ਡਰਾਈਵਰ ਜਿੰਨੇ ਹੋਰ ਟਰਾਂਸਪੋਰਟਰ ਜਿੰਨੇ ਹੋਰ ਸਰੀਰ 2800 ਦੇ ਕਰੀਬ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਆ ਦਇਆ ਹੈ ਕਿ ਮਹਾਂਪੁਰਸ਼ ਕਿਸੇ ਦਾ ਜੀਵਨ ਬਣਾਉਣ ਦੀ ਗੱਜ ਕੇ ਆਖੋ ਸਤਨਾਮ ਟੁੱਟੇ ਨੂੰ ਜੋੜਦੇ ਦੂਸਰੀ ਚੀਜ਼ ਤੱਕ ਸੀਮਤ ਨਾ ਰਹੇ ਜੀਵਨ ਬਾਬਾ ਜੀ ਕਹਿੰਦੇ ਅੰਮ੍ਰਿਤ ਛਕ ਹੋਰਾਂ ਨੂੰ ਪ੍ਰੇਰਨਾ ਦੇ ਉਹ ਦਿਨ ਵੀ ਵਧਾਏ
250 دے قریب انکڑے مل دے نے اس سمے دے اتنے نام آ گئے گج کے آکھو ستنام گرو دے بیڑے چ بیٹھے ایک واری ذرا ویر بولیو تے 10 منٹ کاؤ رکھیو ذرا بلغاری تنا گر سکھا او بلغاری بولو بھنو بلہاری بلہاری تنا گل سکھا بلہاری تنا گل سکھا آپ ترے تارین سرکھا آپ ترے تارین سرکھا سرکھا کہندے جگت کہندے میں اُنہ تو بلے ہار جاواں جڑے آپ بھی ترے نے تے جگت نو تارن دیاں ڈیوٹیاں گا جی کے آکھو ساتھ پنجویں دیا بلغاری گج کے پہنو ایک تسی نام سنیا ہے سنت بابا کرم سنگھ جی ہوتی مردان علی جموں دا مہاراجا پرتاب سنگھ درشن کرنا ہے بابا کرم سنگھ ہوتی مردان والے پتی جگہ دے بابا کرم سنگھ ہوتی مردان والے انی کمائی والے ماں پرش ہوئے نے کہ انہاں دے انکڑیاں تو پتا لگ دا 101 برہم گیانی انہاں نے پیدا کی تے کنی کمائی ہوئی انہاں دی سنگت کرن والے ہیں جو تقریباً 101 برہم نو پہنچے گا جی کے آکھو ستنام جدی مہما گرو ارجن دیو جی نے کیتی من سچا مک سچا سوئے اور نہ پکھے ایک تس بن کوئے نانک اے لچھن برہم گیا نہیں انہاں دے چرنا چاہیا جی جموں دا مہاراجا پرتاب سنگھ ایدے اولاد نہیں سی تے بیماری لکھی نہیں کوئی شریر نو بیماری سی اودے تو پیڑت سی آ دو کٹاں سن اولاد بھی نہیں سی تے شریر کر کے کوئی بیماری لگی سی جموں دا مہاراجا پرتاب سنگھ پیڑت سی تے جدوں آ کے دوویں بینتیاں کیتیاں کیڑی وڈی گل سی ٹائم پورا سورا نہیں تے دل کردا گا کے پڑھا چار پدارتھ بولو چار پدارتھ ساتھ جنا کی یہ چار پدارتھ کیڑی بڑی تین ک مہینے ودھی دتی نیم دتا تے ذکر لکھیا ہے کہ دوویں کرپا ہو گئی ہے اولاد دی بھی کرپا ہوئی تے شریر کر کے پیڑت سی او روگ بھی نویرت ہوئی میں حیران ہو گیا پڑھ کے تھالی دے وچ ہن مہاراجا سی پرتاب سنگھ جموں دا تے تھالی وچ پتہ نہیں کنی مایا تے اتے تولیا پایا